ਅਸਲਾਮ ਵਾਲੇਕੁਮ ਦੋਸਤੋ, ਤੁਸੀਂ ਦੇਖ ਰਹੇ ਹੋ ਪਾਕ ਪਤਨ ਐਨੀਮਲਸ ਟੀਵੀ। ਮੈਂ ਤੁਹਾਡਾ ਮੇਜ਼ਬਾਨ ਮੁਹੰਮਦ ਰਿਆਜ਼। ਮਾਸ਼ਾ ਜਨਾਬ, ਜਿਵੇਂ ਕਿ ਤੁਹਾਨੂੰ ਪਤਾ ਹੈ, ਦੋਸਤਾਂ ਵਾਸਤੇ ਹਰ ਰੋਜ਼ ਨਵੇਂ ਜਾਨਵਰ ਦੀ ਜਨਾਬ ਵੀਡੀਓ ਲੈ ਕੇ ਆਉਣੇ, ਟੌਪ ਕਲਾਸ ਦੀ ਲੈਣਾ ਦੇਣਾ ਨਸੀਬ ਹੈ ਜਨਾਬ। ਜਰਸੀ ਤੇ ਫਰੀਜ਼ੀਅਨ, ਜਰਸੀ ਤੇ ਫਰੀਜ਼ੀਅਨ ਦਾ ਕਲਾਸ ਬਣਦਾ ਜਨਾਬ। ਇੱਕ ਰੰਗ ਦੀ ਸਿਆਹ ਕਾਲੀ ਗਾਂ ਦੀ ਵੀਡੀਓ ਲੈ ਕੇ ਆਏ ਜਨਾਬ। ਸਾਰੀ ਗੱਲਬਾਤ ਭਾਈ ਸਵਾਦ ਨਾਲ ਕਰਾਂਗੇ। ਸਭ ਤੋਂ ਪਹਿਲੇ ਗੁਜ਼ਾਰਿਸ਼ ਹੈ ਆਪਣੇ ਚੈਨਲ ਨੂੰ ਲਾਜ਼ਮੀ ਸਬਸਕ੍ਰਾਈਬ ਕਰਨਾ, ਘੰਟੀ ਵਾਲੇ ਬਟਨ ਨੂੰ ਵੀ ਦਬਾਉਣਾ ਹੈ, ਤਾਂ ਕਿ ਸਾਡੀ ਹਰ ਆਉਣ ਵਾਲੀ ਨਈ ਵੀਡੀਓ ਤੁਹਾਡੇ ਦੋਸਤਾਂ ਤੱਕ ਪਹੁੰਚੇ। ਸਭ ਤੋਂ ਪਹਿਲੇ ਜਨਾਬ, ਪਾਕ ਪਤਨ ਐਨੀਮਲ ਟੀਵੀ ਦੋਸਤਾਂ ਵਾਸਤੇ ਮਿਹਨਤਾਂ ਕੋਸ਼ਾਂ ਮੁਕੰਮਲ ਕਰਕੇ ਅੱਛੇ ਜਾਨਵਰ ਲੈ ਕੇ ਆਉਂਦਾ ਜਨਾਬ। ਲੈਣਾ ਦੇਣਾ ਨਸੀਬ ਹੈ। ਕੁਛ ਦੋਸਤ ਸਾਡੇ ਕਮੈਂਟ ਕਰਦੇ ਆ ਜੀ ਰੇਟ ਜ਼ਿਆਦਾ ਹੈ, ਯੇ ਹੈ ਵੋ ਹੈ। ਭਾਈ ਜਾਨ, ਚੀਜ਼ ਤੇ ਪੈਸੇ ਹੁੰਦੇ ਨੇ, ਠੀਕ ਹੈ। ਜਿੰਨੇ ਦੀ ਚੀਜ਼ ਹੋਵੇਗੀ ਮਾਰਕੀਟ, ਉਨਾ ਹੀ ਰੇਟ ਹੋਵੇਗਾ। ਅੱਲਾ ਦੇ ਫਜ਼ਲ ਨਾਲ 40 ਤੋਂ 45 ਲੀਟਰ ਰਿਕਾਰਡਰ ਗਾਂ ਹੈਗੀ ਹੈ। ਵਿਖਾਓ ਜੀ ਕੈਮਰਾਮੈਨ ਸਾਹਿਬ, ਸਭ ਤੋਂ ਪਹਿਲੇ ਤਸੱਲੀ ਕਰਾਓ, ਉਸ ਤੋਂ ਬਾਅਦ ਸਾਰੀ ਗੱਲ ਬਾਤ ਕਰਾਂਗੇ ਭਾਈ ਸਵਾਦ ਨਾਲ। ਪਹਿਲੇ ਨੰਬਰ ਤੇ ਜਨਾਬ, ਪਿਛਲੇ ਥਾਣਾ ਦੀਆਂ ਵੰਡਾਂ ਚੈੱਕ ਕਰਾ ਦਿਓ ਜੀ, ਇੱਥੇ ਤਸੱਲੀ ਕਰਾ ਦੇਣੀ ਜਨਾਬ। ਜਿਹੜੇ ਦੋਸਤ ਸਾਡੇ ਗੱਲਾਂ ਕਰਦੇ ਆ ਜਨਾਬ, ਚੈੱਕ ਕਰੋ ਅੱਲਾ ਦੇ ਫਜ਼ਲ ਨਾਲ, ਏਡੇ ਕੱਦ ਕਾਠ ਬਾਈ ਸਵਾਦ ਗਾਏ ਦੇ ਉੱਤੇ ਆਓ ਤੁਸੀਂ ਤੇ ਕਰਾਓ ਜਨਾਬ ਸਾਰੇ ਮੇਰੇ ਭਰਾਵਾਂ ਨੂੰ ਤਸੱਲੀਆਂ। ਇਨਸ਼ਾਅੱਲਾ ਅੱਲਾ ਦੇ ਫਜ਼ਲ ਨਾਲ ਬਾਈ ਰਿਆਜ਼, ਆਪਾਂ ਤਸੱਲੀਆਂ ਕਰਾਵਾਂਗੇ। ਚੈੱਕ ਕਰੋ ਜਨਾਬ, ਸ਼ੁਰੂ ਹੋਣਾ ਹੈ, ਪਿੱਛੋਂ ਸ਼ੁਰੂ ਹੋ ਜਾ ਵੀਡੀਓ, ਲੰਮੀ ਨਹੀਂ ਜ਼ਿਆਦਾ ਕਰਨੀ ਜਨਾਬ। ਇਨਸ਼ਾਅੱਲਾ ਆਦੇ ਭਰਾਵਾਂ ਵਾਸਤੇ ਹਰ ਰੋਜ਼ਾਨਾ ਤੋਹਫੇ ਕੱਢ ਕੇ ਲਿਆਣੇ, ਆਦੇ ਭਰਾਵਾਂ ਵਾਸਤੇ ਮਿਹਨਤ ਕਾਫਸ਼ਾ ਕਰਕੇ ਅੱਲਾ ਦੇ ਫਜ਼ਲ ਲੈਣਾ। ਚੈੱਕ ਕਰਾ, ਮਾਸ਼ਾਅੱਲਾ, ਸਾਫ ਟੱਡਾ ਲੀਕ ਆਲਾ, ਰੁਕ ਰੁਕ ਦਾ ਥਣ ਲੱਗਾ ਹੋਇਆ ਮੱਝਾਂ ਰੰਗਾ, ਇਹ ਚੈੱਕ ਕਰਾ ਦਿਓ। ਸਾਫ ਚੱਡਾ ਕਲੀਅਰ, ਕੋਈ ਵਾਹ ਨਹੀਂ, ਕੋਈ ਕੁਛ ਨਹੀਂ, ਕਲੀਅਰ ਚੱਡਾ ਤੁਹਾਨੂੰ ਵਿਖਾਵਾਂਗੇ। ਕੋਈ ਬਲ ਨਹੀਂ, 19-20 ਵੀ ਠੀਕ ਹੈ। ਪਵਰ ਆ ਥਣ ਤੇ 3-3 ਗਿੱਠਾਂ ਦਾ ਚੌੜਾ ਤੇ 2-2 ਗਿੱਠਾਂ ਬਾਹਰ, ਗੱਲਾਂ ਨਾਲ ਬਾਹਰ ਨਹੀਂ ਹੁੰਦੇ। ਅੱਲਾ ਦੇ ਫਜ਼ਲ ਨਾਲ ਗਾਂ ਨੂੰ ਥਾਣੀ ਇੰਨਾ ਕੀਮਤੀ ਲੱਗਾ ਹੋਇਆ, ਇਹ ਕਿਸੇ ਗਾਂ ਨੂੰ ਕੰਮ ਹੀ ਲੱਗਾ ਹੁੰਦਾ, ਠੀਕ ਹੈ ਜੀ। ਰਿਆਜ਼ ਬਾਈ, ਇੱਕ ਇੱਕ ਚੀਜ਼ ਦੀ ਤਸੱਲੀ ਕਰਾਉਣੀ, ਇੱਥੋਂ ਲੱਗਣਾ ਗਾਂ ਨੂੰ ਤੋੜ ਥੱਲੇ ਤਸੱਲੀ ਕਰਾਉਂਦਾ ਜਾਣਾ, ਠੀਕ ਹੈ ਬਾਈ। ਹਾਲੀ ਬੜੀ ਜਗ੍ਹਾ, ਚੈੱਕ ਕਰ ਲਓ ਸਪੇਸ, ਠੀਕ ਹੈ, ਸਪੇਸ ਚੈੱਕ ਕਰਾਓ। ਅੱਲਾ ਦੇ ਫਜ਼ਲ ਨਾਲ ਆਰਡਰ ਕੁਆਲਿਟੀ ਬੜੀ ਪਿਆਰੀ, ਸਾਫ ਸੁਥਰੀ, ਅਸੀਲ ਸਹੂ। ਫਾਰਮਰ ਬੰਦਿਆਂ ਵਾਸਤੇ, ਮੇਰੇ ਭਰਾਵਾਂ ਵਾਸਤੇ ਇਹ ਗਾਂ ਹੈ, ਠੀਕ ਹੈ। 40-45 ਲੀਟਰ ਰਿਕਾਰਡ ਵਾਲੀ ਗਾਂ, ਵਿਖਾਵਣ ਵਾਲੀ। ਇੱਕ ਵਾਰੀ ਫਿਰ ਤਸੱਲੀ ਕਰਾ ਹਵਾਨੇ ਦੀ, ਠੀਕ ਹੈ। ਉਸ ਤੋਂ ਬਾਅਦ ਅੱਗੇ ਜਾਵਾਂਗੇ, ਉਸ ਤੋਂ ਬਾਅਦ ਟੋਰ ਫੇਰ ਕੇ ਫਿਰ ਵੀ ਚੈੱਕ ਕਰਾਵਾਂਗੇ ਅਗਲੀ ਸਾਈਡ ਤੇ। ਆ ਇੱਧਰ ਆ ਰਿਆਜ਼, ਇਨਸ਼ਾਅੱਲਾ ਥੱਬੇ ਦੇ ਵਿੱਚ ਹਵਾਨਾ ਆ ਜਾਵੇ, ਇੱਥੇ ਮੌਕੇ ਤੇ ਆ ਤੇ ਚੈੱਕ ਕਰ ਲਓ। ਏਡੀ ਵੱਡੀ ਗਾਂ ਅੱਲਾ ਦੇ ਫਜ਼ਲ ਨਾਲ, ਸੂ ਤੋਂ ਲੈ ਤੇ ਇਹ ਦੁਨੀ ਤੱਕ, ਇਹ ਚੈੱਕ ਕਰ ਲਓ। ਹਾਲੀ ਸਾਰੀ ਮੁਕੰਮਲ ਜਗ੍ਹਾ ਪਈ ਹੈ, ਜਰਸੀ ਅਫਰੀਜ਼ਨ ਦਾ ਕਰਾਸ ਹੈ। ਲੱਤ ਬੜੀ ਮੋਟੀ, ਬਰੀਕ ਲੱਤਾਂ ਵਾਲੀ ਨਹੀਂ, ਕੱਦ ਬੜਾ, ਸਿਰੂ ਗੋਨੀ, ਇੱਕ ਰੰਗ ਦੀ ਆਣਾ ਉੱਤੇ ਰੱਖਾ ਹੈ ਗਾਂ ਦਾ ਚੱਕਰਾ। ਅੱਲਾ ਦੇ ਫਜ਼ਲ ਨਾਲ ਇਨਸ਼ਾਅੱਲਾ ਬਰੀਕ ਗਾਂ, ਦੁੱਧਾਂ ਦੇ ਰਿਕਾਰਡ ਵਾਲੀ, ਵਜ਼ਨ ਵੇਟਾਂ ਵਾਲੀ। ਇਹ ਪੱਟਾਂ ਤੂੰ ਇੱਕ ਗਿੱਠ, ਡੇਢ ਡੇਢ ਗਿੱਠ ਬਾਹਰ ਕੱਢੀ ਜਾਂਦੀ ਹੈ, ਚੈੱਕ ਕਰਾ ਦਿਓ। ਇਹ ਵੇਖੋ ਅੱਲਾ ਦੇ ਫਜ਼ਲ ਨਾਲ, ਤਸੱਲੀ ਕਰਾਵਾਂਗੇ ਬ੍ਰਾਹਮਣ ਨੂੰ। ਬੜੀ ਪੋਲੀ ਗਾਂ ਤੇ ਬੜੀ ਦੁੱਧ ਵਾਲੀ ਗਾਂ, ਤੋਰ ਫਿਰ ਕੇ ਫਿਰ ਵੀ ਵਿਖਾਵਾਂਗੇ, ਪਰਲੀ ਸਾਈਡ ਤੋਂ ਵਿਖਾ। ਇੱਕ ਇੱਕ ਚੀਜ਼ ਦੀ ਤਸੱਲੀ ਕਰਾਉਣੀ ਹੈ, ਜੈਨੂਇਨ ਗੋਨੀ, ਛੋਟਾ ਛੋਟਾ ਕੰਡ, ਜਰਸੀ ਦਾ, ਫਰੀਜ਼ਨ ਦਾ ਮੁਕੰਮਲ ਕਰਾਸ। ਤਕਰੀਬਨ ਅੱਲਾ ਦੇ ਫਜ਼ਲ ਨਾਲ 4 ਦੇ ਲੈ ਜਾਵੇ, 3 ਦੇ ਲੈ ਜਾਵੇ, ਇਹ ਅੱਲਾ ਦੀ ਜ਼ਾਤ ਨੂੰ ਪਤਾ, ਠੀਕ ਹੈ ਜੀ। ਇਹ ਚੈੱਕ ਕਰੋ, ਛੋਟਾ ਛੋਟਾ ਕੰਡ, ਨਿੱਕੀ ਜੀ ਬੂਥੀ ਅੱਖ ਉੱਤੇ ਰੱਖੀਏ, ਜੈਨੂਇਨ ਮੋਨੀ। ਰਿਆਜ਼ ਬਾਈ, ਅਗਲੇ ਥਣਾਂ ਦੀ ਵੰਡਾ ਚੈੱਕ ਕਰਾ, ਅਲੈਦਾ ਅਲੈਦਾ ਮਾਸ਼ਾਅੱਲਾ ਥਣ,
ਦੋ ਦੋ ਗਿੱਠਾਂ ਦੀ ਵਿਰਲਾ ਪਾਵਰ ਆਥਾ ਲਾਈ ਰੱਖ ਤਸੱਲੀ ਚੈੱਕ ਕਰਵਾ ਅੱਲਾ ਦੇ ਤਿਆਰ ਗਾਂ ਰਾਤ ਨੂੰ ਸੂ ਪਵੇ ਸੁਬਾ ਸੂ ਪਵੇ ਠੀਕ ਹੈ ਜੀ ਲੱਤ ਬੜੀ ਲੋਮੀ ਲੰਮੀ ਮਾਸ਼ਾ ਚੈੱਕ ਕਰਾਓ ਕੱਦ ਗਾਂ ਦਾ ਬੜਾ ਵੇਲ ਕੱਦ ਗਾਂ ਦੀ ਆਮਾ ਗਾਵਾਂ ਦੇ ਨਾਲ ਵਾਧੂ ਫਾਰਮਰ ਟੈਪ ਗਾਂ ਹੈ ਸਰਦੀ ਗਰਮੀ ਬਰਦਾਸ਼ਤ ਕਰਨ ਵਾਲੀ ਚੈੱਕ ਕਰੋ ਜੀ ਮਾਸ਼ਾਅੱਲਾ ਜਨਾਬ ਤੋਰ ਫੇਰ ਕੇ ਵੀ ਦੋਸਤਾਂ ਨੂੰ ਵਿਖਾਵਾਂਗੇ ਤਸੱਲੀਆਂ ਕਰਾਵਾਂਗੇ ਅੱਲਾ ਦੇ ਫਜ਼ਲ ਨਾਲ ਭਾਈ ਰਿਆਜ਼ ਵਿਖਾਵਣ ਵਾਲੀ ਤਸੱਲੀ ਕਰਾਣੀ ਹੈ ਥੋੜਾ ਸਲੋ ਤੋਰੋ ਜੀ ਲਲਕਾ ਤੇਰਾ ਕੱਗੂ ਹੈ ਨਵੀਂ ਹੈ ਗਾਂ ਮਾਸ਼ਾਅੱਲਾ ਜਨਾਬ ਕੱਦ ਕਾਠ ਬੜਾ ਲਾਜਵਾਬ ਜਨਾਬ ਇਨਸ਼ਾਅੱਲਾ ਥੱਬੇ ਦੇ ਵਿੱਚ ਡਬਲ ਥੱਬੇ ਦੇ ਮਾਸ਼ਾਅੱਲਾ ਹਰਨੀਆਂ ਤੇਰਾ ਟੁੱਟੀ ਜਾਂਦੀ ਜਨਾਬ ਲਿਆਓ ਜੀ ਇਧਰ ਮੋੜੋ ਜੀ ਮੱਠਾ ਮੱਠਾ ਸਬਰੀ ਅੱਗੇ ਮੱਠਾ ਥੋੜੇ ਲਲ ਕਰ ਦੋ ਪੰਤਾਲੀ ਛਤਾਲੀ ਲੀਟਰ ਵਾਲਾ ਰਿਕਾਰਡ ਹੈ ਅੱਲਾ ਦੇ ਫਜ਼ਲ ਇਨਸ਼ਾਅੱਲਾ ਰਿਆਜ਼ ਦੋ ਦੋ ਗਿੱਠਾਂ ਦਾ ਚੌੜਾ ਵਾਂਡਣਾ ਲੱਤ ਦੋ ਦੋ ਮਰਲਿਆਂ ਤੇ ਰੱਖਦੀ ਹੈ ਗਾਂ ਤੇ ਫਿਰ ਤੁਰਾ ਜਾਂਦਾ ਹੈ ਚੈੱਕ ਕਰਾ ਪੈੜਾ ਪਾ ਮਾਸ਼ਾਅੱਲਾ ਜਨਾਬ ਤੋੜ ਫੇਰ ਕੇ ਵੀ ਬ੍ਰਾਹਮਣ ਕਰਾਈ ਤਸੱਲੀ ਜੀ ਮਾਸ਼ਾਅੱਲਾ ਖੂਨ ਵਾਲੀ ਜਾਨ ਵਾਲੀ ਲਵੀ ਉਮਰ ਬਰੀਕ ਗਰਦਨ ਬਿਲਕੁਲ ਅੱਖ ਉੱਤੇ ਰੱਖੀ ਜਰਸੀ ਵਾਲੀ ਸੁਭਾਸ਼ ਬਾਈ ਦੀ ਡਿਮਾਂਡ ਕਰੋ ਜੀ ਮਾਸ਼ਾਅੱਲਾ ਬਾਰਾਂ ਲੱਖ ਨੀ ਕੋਈ 13 ਲੱਖ ਨੀ ਜੀ ਜੀ ਠੀਕ ਹੈ ਜੀ ਜੀ 6,70,000 ਰੁਪਇਆ ਗਾਂ ਦੀ ਡਿਮਾਂਡ ਹੈ 45 ਲੀਟਰ ਦਾ ਰਿਕਾਰਡ ਨਾ ਹੋਵੇ ਅਸੀਂ ਲਿਖਤ ਦੇਵਾਂਗੇ ਵਾਰਾ ਕਿਨਵਾ ਸੁਣਦੀ ਦੂਸਰਾ ਵਾਰਾ ਦੂਸਰਾ ਵਾਰਾ ਸੁਣ ਤਿਆਰ ਹੈ ਦੋ ਦੇ ਲੈ ਜਾਵੇ 3 ਦੇ ਲੈ ਜਾਵੇ ਤਰੀਕ ਦੇ ਵਿੱਚ ਮਾਲਕਾਂ ਦਾ ਕਹਿਣਾ ਹੈ 5 ਤੋਂ 6 ਦਿਨ ਪੈ ਬਾਕੀ ਜੇ ਇਸ ਟਾਈਮ ਅੱਲਾ ਦਾ ਹੁਕਮ ਹੋ ਜਾਵੇ 6,70,000 ਵਿੱਚ ਪਿਆਰ ਮੁਹੱਬਤ ਵੀ ਇਨਸ਼ਾਅੱਲਾ ਜਿਹੜਾ ਦੋਸਤ ਸਾਡੇ ਨਾਲ ਰਾਬਤਾ ਕਰੇਗਾ ਉਹਨਾਂ ਨਾਲ ਪਿਆਰ ਮੁਹੱਬਤ ਹੋਣੀ ਹੈ ਇਨਸ਼ਾਅੱਲਾ ਜਿੰਨੀ ਸਾਡੀ ਪਹੁੰਚ ਹੋਏ ਅਸੀਂ ਕਰਾਂਗੇ ਬਿਲਕੁਲ ਕਿਉਂ ਨਾ ਕਰਾਂਗੇ 6,70,000 ਰੁਪਇਆ ਮਾਸ਼ਾਅੱਲਾ ਜਨਾਬ ਕਰਾ ਦਿੱਤੀਆਂ ਬ੍ਰਾਹਮਣ ਨੂੰ ਤਸੱਲੀਆਂ ਜਨਾਬ ਪਾਕ ਪਤਨ ਐਨੀਮਲ ਟੀਵੀ ਦੋਸਤਾਂ ਵਾਸਤੇ ਮਿਹਨਤਾਂ ਕਰਕੇ ਜਨਾਬ ਟੌਪ ਕਲਾਸ ਦੇ ਜਾਨਵਰ ਲੈ ਕੇ ਆਉਂਦਾ ਜਨਾਬ ਲੈਣਾ ਦੇਣਾ ਨਸੀਬ ਹੈ ਦਿਲ ਕਰਦਾ ਬਾਰ ਬਾਰ ਵਿਖਾਈ ਦੇਖੇ ਜਨਾਬ ਲਾਜਵਾਬ ਜਨਾਬ ਜਾਨਵਰ ਹੈਗਾ ਬਹੁਤ ਹੀ ਕਮਾਲ ਨਸਲ ਹੈ ਜਨਾਬ ਹਾਈਟ ਵੇਲ ਸਾਰਾ ਕੁਛ ਦੋਸਤਾਂ ਨੂੰ ਕਰਾਈਆਂ ਤਸੱਲੀਆਂ ਜਨਾਬ ਵੀਡੀਓ ਪਸੰਦ ਆਵੇ ਲਾਈਕ ਸ਼ੇਅਰ ਮੁਹੱਬਤਾਂ ਨਾਲ ਕਮੈਂਟ ਲਾਜ਼ਮੀ ਕਰਨਾ ਜਨਾਬ ਇੱਕ ਨਵੀਂ ਔਰ ਬਿਹਤਰੀਨ ਵੀਡੀਓ ਨਾਲ ਫਿਰ ਹਾਜ਼ਰ ਹੋਵਾਂਗੇ ਆਪਣੇ ਮੇਜ਼ਬਾਨ ਮੁਹੰਮਦ ਰਿਆਜ਼ ਨੂੰ ਦਿਓ ਇਜਾਜ਼ਤ ਇਨਸ਼ਾਅੱਲਾ ਇੱਕ ਹੋਰ ਅੱਛੀ ਵੀਡੀਓ ਨਾਲ ਹਾਜ਼ਰ ਹੋਵਾਂਗੇ ਅੱਲਾ ਹਾਫਿਜ਼